ਰਾਜ ਲੀਲਾ ਤੇਰੇ ਨਾਮ ਪੜਾਈ, ਰਾਜ ਲੀਲਾ ਤੇਰੇ ਨਾਮ ਪੜਾਈ, ਰਾਜ ਲੀਲਾ ਤੇਰੇ ਨਾਮ ਪੜਾਈ, ਰਾਜ ਲੀਲਾ ਤੇਰੇ ਨਾਮ ਰੱਖ ਨਿਰੀ ਰਾਜ ਲੀਲਾ ਨਰਕ ਦਾ ਦੁਆਰਾ, ਨਾਮ ਜਪਦਿਆਂ ਸੁਖ ਪ੍ਰਾਪਤ ਹੋਏ, ਫਲ ਮਿਲ ਗਿਆ, ਪਰ ਜੇ ਜੁੜੇਗਾ ਨਹੀਂ ਤਾਂ ਇਹ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ। ਰਾਜ ਲੀਲਾ ਜਿਵੇਂ ਆਖਿਆ ਤਪੋ ਰਾਜ ਤੇ ਰਾਜੋ ਨਰਕ। ਬਾਬਾ ਜੀ ਕਦੇ ਕਦੇ ਮੌਜ ਵਿੱਚ ਆ ਕੇ ਬਚਨ ਕਰਦੇ ਸਨ। ਇੱਕ ਵਾਰੀ ਆਖੇ ਲਖਨਊ ਦੇ ਰਾਜੇ ਸਨ, ਲਖਨਊ ਦੇ ਰਾਜੇ ਚੜਾਈ ਕੀਤੀ ਦੂਜੇ ਮੁਲਕ ਤੇ, ਅੱਗੇ ਬੈਠੇ ਸਨ ਬੁੱਚੋ ਵਾਲੇ ਮਹਾਰਾਜ, ਕਿਉਂਕਿ ਬੁੱਚੋ ਵਾਲੇ ਬਾਬਾ ਜੀ ਆਖਦੇ ਸਨ ਸਾਡਾ ਵੀ ਛੇਵਾਂ ਜਾਮਾ, ਛੇਵੀਂ ਵਾਰ ਸੰਸਾਰ ਵਿੱਚ ਆਏ ਹਾਂ ਤੇ ਨੰਦ ਸਿੰਘ ਵੀ ਛੇ ਵਾਰ ਸਾਡੇ ਪਿੱਛੇ ਆਇਆ। ਤੋ ਅੱਗੇ ਬੈਠੇ ਸਨ, ਜਿਸ ਵੇਲੇ ਕੋਲੋਂ ਦੀ ਲੰਘੇ ਤਾਂ ਉਹਨਾਂ ਨੇ ਆਖਿਆ ਰਾਜਨ ਕਿੱਧਰ? ਅਖੇ ਜੀ ਚੜਾਈ ਕੀਤੀ ਹੈ। ਹਲਾ ਅੱਖਾਂ ਮੀਟ, ਅੱਖਾਂ ਮੀਟੀਆਂ, ਇੰਨਾ ਤਪ ਕੀਤਾ ਪਿੱਛੇ ਰਾਜ ਪਾਏ, ਹੁਣ ਤੇਰੀ ਮਰਜ਼ੀ, ਰਾਜ ਤੋਂ ਬਾਅਦ ਜੋਗ ਪਾ ਕੇ ਪਾਵੇਂ ਨਰਕ ਨੂੰ ਜਾ, ਕਿਉਂਕਿ ਤੂੰ ਚੜ੍ਹਾਈ ਕੀਤੀ ਹੈ, ਕਈ ਯਤੀਮ ਹੋਣਗੇ, ਕਈ ਵਿਧਵਾ ਹੋਣਗੇ, ਕਈ ਬੇਕਸੂਰ ਵਿਚਾਰੇ ਮਰ ਜਾਣਗੇ, ਇਹ ਸਾਰਾ ਪਾਪ ਤੈਨੂੰ ਭੋਗਣਾ ਲੱਗੇਗਾ। ਫਿਰ ਮਹਾਂਪੁਰਖ ਦਾ ਉਪਦੇਸ਼ ਇਹ ਉੱਥੇ ਹੀ ਕਾਟ ਕਰਦਾ ਹੈ ਜਿੱਥੇ ਉਹਨਾਂ ਦਾ ਸੰਬੰਧ ਹੁੰਦਾ। ਪਿਛਲੀ ਤਪੱਸਿਆ ਬੜੀ ਸੀ, ਰਾਜ ਤਿਆਗ ਕੇ ਚਰਨੀ ਪੈ ਗਏ, ਰਾਜ ਛੱਡ ਦਿੱਤਾ, ਚਰਨਾਂ ਨਾਲ ਲੱਗ ਗਏ, ਤਾਂ ਹੀ ਤਾਂ ਪੁੱਛੋ ਵਾਲੇ ਨੇ ਆਖਿਆ ਸੀ ਉਹ ਬਈ ਤੁਸੀਂ ਆਖਦੇ ਹੋ ਅਸੀਂ ਵੀ ਸੇਵਾ ਕੀਤੀ ਹੈ, ਸਾਨੂੰ ਕਿਉਂ ਨਹੀਂ ਕੁਛ ਦਿੱਤਾ? ਤੇ ਨੰਦ ਸਿੰਘ ਲੈ ਗਿਆ, ਉਹ ਇਸੇ ਵਾਸਤੇ ਲੈ ਗਿਆ ਕਿ ਇਸਦੀ ਤਪੱਸਿਆ 6 ਜਨਮਾਂ ਦੀ ਖਲੋਤੀ ਹੈ, ਕਿਉਂਕਿ ਇਸਨੇ ਤਪੱਸਿਆ ਕਰ ਕਰ ਜੋੜਿਆ। ਜੋਗੀ ਹੋਵੇ ਜੋਗਵੈ ਔਰ ਭੋਗੀ ਹੋਵੇ ਖਾਏ, ਜਿਹੜਾ ਤਪੱਸਿਆ ਕਰਦਾ ਔਰ ਸ਼ਕਤੀਆਂ ਵਿੱਚ ਨਹੀਂ ਵਰਤਦਾ, ਆਪਣੀ ਵਡਿਆਈ ਵਿੱਚ ਹਉਮੈ ਵਿੱਚ ਨਹੀਂ ਫਸਦਾ, ਉਹਦੀ ਤਪੱਸਿਆ ਜੁੜਦੀ ਜਾਂਦੀ ਹੈ, ਉਸਦਾ ਧਨ ਇਕੱਠਾ ਹੁੰਦਾ ਜਾਂਦਾ। ਤੇ ਜਿਹੜਾ ਭੋਗੀ ਹੋ ਜਾਏ, ਭੋਗੀ ਅਸੀਂ ਸਮਝਦੇ ਹਾਂ ਭੋਗੀ ਸਿਰਫ ਗ੍ਰਸਤੀ ਹੁੰਦੇ ਹਨ, ਧਨਵਾਨ ਹੁੰਦੇ ਹਨ, ਮਾਇਆ ਔਰ ਸੁੱਖਾਂ ਨੂੰ ਭੋਗਦੇ ਨੇ, ਨਹੀਂ ਬਈ ਮਹਾਤਮਾ ਵੀ ਭੋਗੀ ਹੋ ਜਾਂਦੇ ਨੇ। ਉਹ ਕੀ ਭੋਗਦੇ ਨੇ? ਅਖੇ ਮਾਨ ਭੋਗਦੇ ਨੇ, ਮਾਨੀ ਹੋ ਜਾਂਦੇ ਨੇ, ਮਾਨ ਵਿੱਚ ਜਦੋਂ ਗਰਕ ਜਾਂਦੇ ਨੇ ਤਾਂ ਆਪਣੀ ਤਪੱਸਿਆ ਨੂੰ ਉਹ ਵੀ ਖਾ ਜਾਂਦੇ ਨੇ। ਬਾਬਾ ਜੀ ਆਖਦੇ ਸਨ ਜਿਸ ਵੇਲੇ ਰਾਜੇ ਸਾਂ ਕੇ ਚੜ੍ਹਾਈ ਕੀਤੀ, ਉਸ ਵੇਲੇ ਮਹਾਂਪੁਰਖ ਨੇ ਬਾਂਹ ਫੜੀ, ਆਹ ਵੇਲਾ ਹੁੰਦਾ ਕਿ ਜਿਸ ਵੇਲੇ ਕੁਰਾਏ ਜਾਂਦਾ ਹੋਵੇ ਮਹਾਂਪੁਰਖ ਉਸਦਾ ਕਾਂਟਾ ਬਦਲ ਦੇਵੇ, ਰਸਤਾ ਬਦਲਾ ਦੇਵੇ। ਸਾਧ ਸਿੰਘ ਬੋਲੋ ਸ੍ਰੀ, ਜੇ ਮੈਂ ਉਸੇ ਰਾਹ ਤੁਰਿਆ ਜਾਂਦਾ ਤੇ ਖਬਰੇ ਕਿੱਧਰ ਜਾਂਦਾ? ਮਹਾਂਪੁਰਖ ਨੇ ਮੇਰੀ ਬਾਂਹ ਫੜ ਲਈ, ਮਹਾਂਪੁਰਖ ਕਾ ਸੰਗ ਪਿਆ, ਦੁੱਖ ਗਿਆ ਸਭ ਰੋਗ ਗਿਆ, ਕਿਉਂਕਿ ਉਸਨੇ ਦੁੱਖਾਂ ਦੇ ਰਸਤੇ ਜਾਣ ਹੀ ਨਹੀਂ ਦਿੱਤਾ। ਦੁੱਖ ਗਿਆ ਸਭ ਰੋਗ ਗਿਆ, ਮਹਾਂਪੁਰਖ ਕਾ ਸੰਗ ਪਿਆ, ਮਹਾਂਪੁਰਖ ਕਾ ਸੰਗ ਪਿਆ। ਮਹਾਂਪੁਰਖ ਕਾ ਸੰਗ ਪਿਆ।
ਤਨ ਦੇ ਦੁੱਖ ਦਾ ਪਤਾ ਹੈ। ਇਸ ਵੇਲੇ ਦੁੱਖ ਲੱਗਦਾ ਹੈ ਤੇ ਡਾਕਟਰਾਂ ਵੱਲ ਭਜਦੇ ਹੈ, ਮਨ ਦਾ ਵੀ ਦੁੱਖ ਹੈ। ਜੇ ਉਸ ਵੇਲੇ ਮਨ ਦੇ ਦੁੱਖ ਦਾ ਦਾਰੂ ਨਾ ਮਿਲੇ, ਕੋਈ ਡਾਕਟਰ ਨਾ ਹੋਵੇ, ਮਨ ਖਬਰ ਕਿੱਡਾ ਦੁਖੀ ਹੋ ਜਾਂਦਾ ਹੈ। ਇਹ ਤਾਂ ਜਨਮਾਂ ਦੇ ਦੁੱਖ ਸਹਿੜ ਲਈਦਾ। ਜਿਵੇਂ ਤਨ ਦੇ ਦੁੱਖ ਦਾ ਦਾਰੂ ਕਰਨ ਵਾਸਤੇ ਭੱਜ ਪੈਂਦੇ ਹੋ ਨਾ ਬਾਈ, ਇਸੇ ਤਰ੍ਹਾਂ ਜਦੋਂ ਮਨ ਨੂੰ ਕੋਈ ਰੋਗ ਲੱਗੇ, ਭੱਜ ਕੇ ਸੰਗਤ ਵਿੱਚ ਆਓ, ਕਿਉਂਕਿ ਸੰਗਤ ਵਿੱਚ ਹੈ ਪਰਮੇਸ਼ਰ ਦਾ ਨਾਮ ਔਰ ਨਾਮ ਦਾਰੂ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਮਹਾਂਪੁਰਖ ਦਾ ਸੰਗ ਹੋਇਆ ਤਾਂ ਦੁੱਖ ਗਿਆ। ਕਿਹੜਾ ਦੁੱਖ ਗਿਆ? ਤਨ ਦਾ, ਇਹ ਤਾਂ ਤੁੱਛ ਹੈ। ਜਿਨ੍ਹਾਂ ਨੂੰ ਮਨ ਦਾ ਸੁੱਖ ਪ੍ਰਾਪਤ ਹੋਇਆ, ਉਹਨਾਂ ਨੇ ਤਨ ਨੂੰ ਜਮੂਰਾ ਨਾਲ ਤੁੜਾ ਲਿਆ, ਉਹ ਚੁਰਖੜੀਆਂ ਤੇ ਚੜ ਗਏ, ਉਹਨਾਂ ਸੀਨਾ ਕੀਤੀ, ਕਿਉਂਕਿ ਉਹਨਾਂ ਦੇ ਮਨ ਸੁਖੀਏ ਸਨ, ਉਹਨਾਂ ਦੇ ਮਨ ਨੂੰ ਸੁੱਖ ਪ੍ਰਾਪਤ ਸੀ, ਤਨ ਦਾ ਸੁੱਖ ਉਹਨਾਂ ਦੀ ਨਿਗਾਹ ਵਿੱਚ ਤੁੱਛ ਸੀ। ਸਾਡੀ ਨਿਗਾਹ ਵਿੱਚ ਸਿਰਫ ਤਨ ਦਾ ਸੁੱਖ ਹੈ। ਜੇ ਸਾਨੂੰ ਸੰਗਤ ਵਿੱਚ ਵੀ ਚੰਗੀ ਥਾਂ ਨਾ ਮਿਲੇ ਬਹਿਣ ਦੀ, ਅਸੀਂ ਉੱਥੇ ਵੀ ਉਦਾਸ ਹੋ ਜਾਂਦੇ, ਕਿਉਂਕਿ ਚੰਗੀ ਥਾਂ ਮਿਲ ਜਾਂਦੀ ਪੱਖੇ ਤੱਲੇ ਜੱਟ ਹੋਰ ਬਹਿ ਜਾਂਦੇ, ਕਿਉਂਕਿ ਸਾਨੂੰ ਤੇ ਤਨ ਦਾ ਸੁੱਖ ਜਿਹੜਾ ਹੈ ਇਹੀ ਮਾਫਕ ਹੈ। ਪਰ ਤਨ ਦਾ ਸੁੱਖ ਇਹ ਰਾਜ ਲੀਲਾ, ਰਾਜਨ ਕੀ ਰਚਨਾ ਸਹਿਬਾਗਨ ਕਰਿਆ ਹੁਕਮ ਅਫਾਰਾ, ਇਹ ਹੁਕਮ ਚਲਾਉਣ ਦਾ ਵੀ ਬੜਾ ਸੁੱਖ ਹੈ, ਖਾਣਾ ਪੀਣਾ ਵੀ ਬੜਾ ਸੁੱਖ ਹੈ, ਚੰਗੀ ਸੋਹਣੀ ਨੀਂਦਰ ਆ ਜਾਵੇ ਇਹ ਵੀ ਬੜਾ ਸੁੱਖ ਹੈ, ਤੇ ਹਕੂਮਤ ਜਿਹੜਾ ਸੁੱਖ ਤਾਂ ਫਿਰ ਕੋਈ ਹੈ ਹੀ ਨਹੀਂ। ਬਾਕੀ ਸਭ ਸੁੱਖ ਅੱਧੇ, ਹਕੂਮਤ ਦਾ ਸੁੱਖ, ਰਾਜਭਾਗ ਦਾ ਸੁੱਖ ਸਹਿਬਾਗਨ ਇਹ ਵੀ ਕਰਕੇ ਵੇਖ ਲਓ ਬੇਸ਼ੱਕ, ਇਹ ਚਾਰ ਦਿਨ ਦਾ ਹੈ, ਮੁੜ ਕਾਲੀ ਰਾਤ ਪੈ ਜਾਣੀ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਪਟਿਆਲੇ ਦਾ ਰਾਜਾ ਜਿਸ ਵੇਲੇ ਚੜ੍ਹਾਈ ਕਰਨ ਲੱਗਾ, ਬਾਬਾ ਜੀ ਆਏ, ਕਿਤਨੇ ਬੈਠੇ ਸਨ ਦਾਨ ਲੇਵਾ ਜਿਨ੍ਹਾਂ ਨੇ ਲਿਆ ਸੀ ਸਾਰੀ ਹਯਾਤੀ। ਬਾਬਾ ਜੀ ਜਿਸ ਵੇਲੇ ਆਣ ਖੜੋਤੇ ਤੇ ਕਹਿਣ ਲੱਗੇ, ਬਈ ਹੁਣ ਇਹ ਨਰਕ ਨੂੰ ਜਾਂਦਾ, ਇਹਦੀ ਬਾਂਹ ਫੜੋ, ਇਹ ਨਰਕ ਨੂੰ ਜਾਂਦਾ, ਇਹਦੀ ਬਾਂਹ ਫੜੋ ਨਾ ਬਾਈ, ਸਾਰੀ ਉਮਰ ਦਾਨ ਲੀਤਾ ਜੇ, ਹੁਣ ਕੁਝ ਕਰੋ, ਤੁਹਾਡਾ ਵੇਲਾ ਆਇਆ। ਪਰ ਇਹਦੀ ਸਮਰੱਥਾ ਵਾਲਾ ਕੌਣ ਸੀ? ਉਹ ਤਾਂ ਬਾਬਾ ਜੀ ਸਨ। ਸਾਧ ਸਿੰਘ ਬੋਲੋ ਸ੍ਰੀ। ਰਾਜਾ ਜਾਣਾ ਤਾਂ ਜ਼ਰੂਰ ਹੈ, ਸੰਸਾਰ ਵਿੱਚ ਕੋਈ ਰੱਖ ਨਹੀਂ ਸਕਦਾ ਕਿਸੇ ਨੂੰ, ਕੋਈ ਆਪ ਹੀ ਨਹੀਂ ਰਿਹਾ ਤਾਂ ਕਿਸੇ ਨੂੰ ਕਿਆ ਰੱਖੇਗਾ, ਸਮਾਂ ਪਾ ਕੇ ਸਭ ਨੇ ਚਲਾ ਜਾਣਾ, ਜਾਣਾ ਤਾਂ ਹੈ ਜ਼ਰੂਰ, ਪਰ ਜੇ ਹੁਣ ਐਵੇਂ ਜਾਵੇਂ ਤਾਂ ਅਗਾਂਹ ਕਿਸੇ ਬਾਤ ਨਹੀਂ ਪੁੱਛਣੀ, ਨਾਲ ਲੈ ਜਾ, ਨਾਲ ਲੈ ਜਾ, ਪੈਰਾਂ ਵਾਲੇ ਪਾਸੇ ਖੜੋਤੇ ਸਨ, ਕਿਉਂਕਿ ਜਿਸ ਵੇਲੇ ਉਹਦੀ ਨਿਗਾਹ ਹੋਈ ਤਾਂ ਉਸਨੂੰ ਬਾਬਾ ਜੀ ਦੇ ਦਰਸ਼ਨ ਹੋਏ। ਆਖਣ ਲੱਗੇ, ਹੁਣ ਜਾ, ਇਹ ਹੀ ਚਾਹੁੰਦਾ, ਲੈ ਜਾ ਅੱਖਾਂ ਵਿੱਚ। ਸਤ ਸਿੰਘ ਬੋਲੋ ਸ੍ਰੀ। ਚਲਾ ਗਈ, ਮੁੱਖ ਤੇ ਮੁਸਕਰਾਹਟ ਆ ਗਈ, ਮਰਨ ਵੇਲੇ ਮੂੰਹ ਤੇ ਮੁਸਕਰਾਹਟ ਆ ਜਾਏ ਤਾਂ ਸਮਝੋ ਕਿਸੇ ਬਲੀ ਥਾਂ ਤੇ ਗਿਆ, ਮਰਨ ਵੇਲੇ ਜੇ ਮੂੰਹ ਵਿਗੜ ਜਾਏ ਤਾਂ ਸਮਝੋ ਜਮ ਮਾਰ ਕੁੱਟ ਕੇ ਲਈ ਜਾਂਦੇ ਹਨ। ਅਖਤੇ ਪੈੜਾ ਸੁਪਨਾ ਵੀ ਆ ਜਾਏ, ਮੂੰਹ ਵਿਗੜ ਜਾਂਦਾ, ਉਸ ਵੇਲੇ ਮੱਥੇ ਤੇ ਤਰੇਲੀ ਆ ਜਾਂਦੀ ਹੈ, ਚੀਖ ਨਿਕਲ ਜਾਂਦੀ ਹੈ, ਗੱਲ ਤਾਂ ਸੁਪਨੇ ਦੀ ਹੁੰਦੀ ਹੈ, ਪਰ ਪ੍ਰਤੱਖ ਵਿੱਚ ਉਸਦੇ ਮਸਤਕ ਤੇ ਤੱਕ ਤਰੇਲੀ ਆ ਜਾਏਗੀ, ਚੀਖ ਨਿਕਲ ਜਾਏਗੀ, ਨਾਲ ਸੁੱਤੇ ਪਏ ਵੀ ਜਾਗ ਪੈਣਗੇ, ਕੀ ਹੋਇਆ ਜੀ, ਬਹਿੜਾ ਸੁਪਨਾ ਵੇਖਿਆ। ਤੂੰ ਇਸੇ ਤਰ੍ਹਾਂ ਭਾਵੇਂ ਉਸ ਵੇਲੇ ਉਸਦੇ ਸੂਖਮ ਸਰੀਰ ਨੂੰ ਪੀੜਾ ਹੁੰਦੀ ਹੈ ਜਿਸ ਵੇਲੇ ਜਮਦੂਤਾਂ ਦੀ ਮਾਰ ਪੈਂਦੀ ਹੈ, ਪਰ ਉਸਦੇ ਇਸ ਸਰੀਰ ਦੇ ਉੱਤੇ ਵੀ ਉਹ ਚਿੰਨ ਚੱਕਰ ਬਣ ਜਾਂਦੇ ਹਨ। ਸਾਧ ਸਿੰਘ ਬੋਲੋ ਸ੍ਰੀ। ਫਿਰ ਜਪੋ ਸ੍ਰੀ ਵਾਹਿਗੁਰੂ।
ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਇਨੀ ਚੰਦਨ ਚੋਆ ਨਰਕ ਕੌਰ ਕਾ ਦੁਆਰਾ। ਜਿਹੜਾ ਤਪ ਕਰਕੇ ਰਾਜ ਲੀਤਾ ਸੀ ਇਹ ਰਾਜ ਲੈ ਗਿਆ ਨਰਕਾਂ ਨੂੰ। ਭਾਵੇਂ ਨਾਮ ਜਪ ਕੇ ਕਿਸੇ ਨੂੰ ਸੁੱਖ ਮਿਲਿਆ ਪਰ ਜੇ ਉਹ ਨਾਮ ਜਪਣਾ ਛੱਡ ਦੇਵੇਗਾ, ਕੀਰਤਨ ਛੱਡ ਦੇਵੇਗਾ, ਜੁੜਨ ਦਾ ਵੇਲਾ ਤਿਆਗ ਦੇਵੇਗਾ ਤਾਂ ਸਾਧ ਸੰਗਤ ਇਹੀ ਰਾਜ ਲੀਲਾ ਉਸਦਾ ਨਰਕ ਦਾ ਰਸਤਾ ਬਣ ਜਾਏ। ਸਾਹਿਬ ਆਖਦੇ ਨੇ ਰਾਜ ਲੀਲਾ ਤੇਰੇ ਨਾਮ ਬਣਾਈ ਪਰ ਇਹ ਅੱਧਾ ਨੁਸਖਾ ਵਰਤਿਆ ਨਾ, ਅੱਧਾ ਨਾਲ ਹੋਰ ਵੀ ਖਾ ਤਾਂ ਪੂਰਾ ਰਾਜੀ ਹੋਵੇਗਾ, ਅੱਧਾ ਨੁਸਖਾ ਬਾਕੀ ਕਿਹੜਾ ਹੈ। ਸਾਹਿਬ ਆਖਦੇ ਨੇ ਜੋਗ ਬਣਿਆ ਤੇਰਾ ਕੀਰਤਨ ਗਾਈ, ਆਏ ਬਿਸਰਮਾ ਮਿਟ ਗਈ ਸਗਲੀ ਥਾਈ। ਸ਼ਕਤੀ ਹੈ ਕਿ ਵਾਹਿਗੁਰੂ ਵਿਸਰ ਜਾਂਦਾ, ਸੁਖ ਮਾਇਆ ਵੀ ਬਣ ਜਾਂਦੇ ਹਨ। ਪਰ ਸਾਹਿਬ ਆਖਦੇ ਜੇ ਨਾਲ ਕੀਰਤਨ ਹੋਵੇ, ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਮਾਇਆ ਦੇ ਵਿੱਚ ਉਹ ਲਿਪਾਏ ਮਾਨ ਨਹੀਂ ਹੋਏਗਾ, ਲਿਪਤ ਨਹੀਂ ਹੋਏਗਾ ਜਿਹਨੂੰ ਵਾਹਿਗੁਰੂ ਨੇ ਨਾਲ ਕੀਰਤਨ ਬਖਸ਼ਿਆ। ਭਾਈ ਸਾਹਿਬ ਆਖਦੇ ਨੇ ਇੱਕ ਇਹ ਜਮਾਤ ਹੈ, ਗੁਰੂ ਕੀ ਸ਼ਰਨ ਆਵਣਾ, ਦਰਸ਼ਨ ਪਾਵਣਾ ਤੇ ਫਿਰ ਕੀਰਤਨ ਵਿੱਚ ਮਨ ਲਾਵਣਾ, ਕੰਨਾਂ ਨੂੰ ਕੀਰਤਨ ਦੀ ਪਿਆਸ ਰਹੇ। ਸਾਹਿਬ ਆਖਦੇ ਨੇ ਕੀਰਤਨ, ਕੀਰਤਨ ਤੇ ਨਾਮ ਇਹ ਸਿਮਰਤ ਰਹੇ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ, ਜਿਨ੍ਹਾਂ ਚਿਰ ਇਸ ਦੇਹੀ ਵਿੱਚ ਸਵਾਸ ਚੱਲਦੇ ਹਨ ਮੈਂ ਜਿਉਂਦਾ ਹਾਂ।
ਤਾਂ ਮੇਰੇ ਜੀਵਨ ਦਾ ਅਸਲ ਮਨੋਰਥ ਹੈ ਕੀਰਤਨ ਸੁਣਨਾ ਤੇ ਜਪਣਾ ਸ੍ਰੀ ਵਾਹਿਗੁਰੂ। ਇਹ ਜਿਵੇਂ ਜਿਵੇਂ ਜਮਾਤ ਚੜਦਾ ਜਾਏ ਇਹ ਮਨ ਦਾ ਗਵਾਹ ਮਨ ਆਪ ਹੈ, ਸਭ ਕੋਈ ਆਪ ਨੂੰ ਤਾਂ ਇਹ ਸਾਹਿਬ ਆਖਦੇ ਨੇ ਆਪ ਨੂੰ ਚੀਨਣਾ ਭਾਈ, ਆਪ ਨਾ ਚੀਨਸ ਬਰਮ ਬਰਮ ਰੋਵ ਹੈ, ਆਪ ਨੂੰ ਚੀਨੋ, ਸੰਗਤ ਵਿੱਚ ਆਉਂਦੇ ਹੋ ਆਪ ਨੂੰ ਚੀਨਿਆ ਕਰੋ, ਕੋਈ ਫਰਕ ਪਿਆ? ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਸਲਾਉਣ ਵਾਲੇ ਮਿਲ ਜਾਣਗੇ, ਆਓ ਜੀ ਕਹਿਣ ਵਾਲੇ ਮਿਲ ਜਾਣਗੇ, ਉਸ ਤੋਂ ਬਾਅਦ ਆਪਣੇ ਮਨ ਨੂੰ ਚੀਨੋ, ਕੁਝ ਫਰਕ ਪਿਆ? ਨਿਮਰਤਾ ਆਈ ਹੈ ਕਿ ਹਉਮੈ ਮਿਲੀ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ, ਮੈਂ ਤਾਂ ਰੋਗ ਗਵਾਉਣ ਆਇਆ ਸਾਂ। ਬਿਨਾ ਆਪ ਨੂੰ ਚੀਨੇ ਪਤਾ ਨਹੀਂ ਲੱਗਣ, ਇਸ ਵਾਸਤੇ ਚੀਨੇ ਬਿਨਾ ਸਾਹਿਬ ਆਖਦੇ ਨੇ ਕਿਸੇ ਦੀ ਪਰਮ ਕਾਈ ਮਿਟੀ ਨਹੀਂ, ਆ ਕਾਈ ਨਿਰਮਲ ਪਾਣੀ ਉੱਤੇ ਕਾਈ ਜੰਮ ਜਾਂਦੀ ਹੈ, ਉਹ ਪਾਣੀ ਪੀਣ ਦੇ ਕਾਬਲ ਨਹੀਂ ਰਹਿੰਦਾ, ਬਦਬੂ ਪੈ ਜਾਂਦੀ ਹੈ, ਉਹ ਪਾਣੀ ਨਿਰਮਲ ਨਹੀਂ ਰਹਿੰਦਾ, ਵਿੱਚੋਂ ਮੂੰਹ ਨਜ਼ਰ ਨਹੀਂ ਆਉਂਦਾ, ਤੇਰੇ ਉੱਤੇ ਵੀ ਪਰਮ ਦੀ ਮੈਲ ਜੰਮੀ ਹੋਈ ਹੈ, ਬਈ ਆਪ ਨੂੰ ਚੀਨਿਆ ਕਰ। ਜਿਹੜੇ ਆਪ ਨੂੰ ਨਹੀਂ ਚੀਨਦੇ ਭਾਵੇਂ ਕੁਝ ਕਰਦੇ ਫਿਰਦੇ ਹਨ, ਉਹ ਰੋਂਦੇ ਹਨ ਅਖੀਰ ਵਿੱਚ। ਆਪ ਨੂੰ ਚੀਨਣਾ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਰੋਜ਼ ਆਉਂਦੇ ਹਾਂ ਆਪਾ ਚੀਨਣੇ ਵੀ, ਕੋਈ ਜਮਾਤ ਅਗਾਂਹ ਵੀ ਹੋਏ ਹਨ, ਕੋਈ ਅੱਖਰ ਹੋਰ ਵੀ ਪੜਿਆ, ਬਾਈ ਸਾਹਿਬ ਆਖਦੇ ਨੇ ਜਮਾਤਾਂ ਤੁਹਾਨੂੰ ਦੱਸ ਦਿੰਦੇ ਹਾਂ, ਆਪ ਨੂੰ ਚੀਨ ਕੇ ਪਤਾ ਲੱਗ ਜਾਏਗਾ ਵੀ ਕਿੱਥੇ ਖੜੋਤੇ। ਪਹਿਲੀ ਜਮਾਤ ਸਫਲ ਜਨਮ ਗੁਰ ਚਰਨ ਸਰਨ ਕਹਿ, ਤੇ ਹੁਣ ਦੂਜੀ ਜਮਾਤ ਚੜ ਗਈ ਹੈ ਲੋਚਨ ਅਮੋਲ ਗੁਰ ਦਰਸ਼ਨ ਅਮੋਲ, ਦੇਖੇ ਇਹ ਨੈਣ ਬੜੇ ਅਮੋਲਕ ਹਨ, ਜਿਨ੍ਹਾਂ ਦੇ ਨਹੀਂ ਉਹਨਾਂ ਨੂੰ ਪੁੱਛੋ ਬਈ। ਉਹ ਬੈਠੇ ਗਲੀ ਵਿੱਚ ਆਖਦੇ ਨੂੰ ਬਈ ਨੈਣਾ ਨਾਲ ਜਹਾਨ ਜੇ, ਆ ਜੋ ਕੁਝ ਪਏ ਤੱਕਦੇ ਹੋ ਅੱਖਾਂ ਦੀ ਬਰਕਤ ਹੈ, ਭਾਅ ਜੀ ਅੱਖਾਂ ਗਈਆਂ ਤਾਂ ਜਹਾਨ ਚਲਾ ਜਾਏਗਾ, ਆਖਿਆ ਅੱਖਾਂ ਫਿਰ ਤਾਂ ਸੋਹਣੀਆਂ ਜੇ ਗੁਰੂ ਦਾ ਦਰਸ਼ਨ ਕਰੇ, ਲੋਚਨ ਅਮੋਲ ਗੁਰ ਦਰਸ਼ਨ ਅਮੋਲ, ਦੇਖੇ ਐਵੇਂ ਸਾਧਾਰਨ ਨਹੀਂ, ਲੋਕਾਚਾਰੀ ਨਹੀਂ, ਨੈਣਾ ਨੂੰ ਪਿਆਸ ਹੋਵੇ, ਪਿਆਸ ਵੇਲੇ ਪਾਣੀ ਪੀਵੋ ਕਿੱਡਾ ਸਵਾਦ ਆਉਂਦਾ, ਨੈਣਾ ਨੂੰ ਪਿਆਸ ਲੱਗੀ ਹੋਵੇ ਗੁਰੂ ਕੇ ਦਰਸ਼ਨਾਂ ਦੀ, ਜਿਸ ਵੇਲੇ ਗੁਰੂ ਕਾ ਸਿੱਖ ਦਰਸ਼ਨ ਕਰੇ ਗੁਰੂ ਕਾ ਨਿਹਾਲ ਹੋ ਜਾਏ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਅਗਲੀ ਜਮਾਤ ਚੜ ਗਈ ਹੈ, ਆਖੀਆ ਇਹਨੂੰ ਅਗਲੀ ਇੱਕ ਹੋਰ ਜਮਾਤ ਵੀ ਹੈ, ਆਪ ਨੂੰ ਚੀਨ ਕੇ ਮੈਂ ਕਿੱਥੇ ਖੜੋਤਾ ਹਾਂ, ਤੇ ਤਰਲਾ ਕਰ ਜਮਾਤ ਹੋਰ ਅੱਗੇ ਹੋ ਜਾਵਾਂ, ਕਿਹੜੀ? ਰਸਨਾ ਅਮੋਲ ਗੁਰ ਦਰਸ਼ਨ ਅਮੋਲ, ਦੇਖੇ ਸਰਵਣ ਅਮੋਲ ਗੁਰ ਬਚਨ ਧਰਨ ਕੈ। ਕਈ ਆਖਦੇ ਨੇ ਜੀ ਨਿਤਨੇ ਮੈਂ ਜਿੰਨਾ ਚਿਰ ਗੁਰੂ ਕਾ ਦਰਸ਼ਨ ਨਾ ਕਰੀਏ ਅਣ ਜਲ ਨਹੀਂ ਛਕਣ, ਇਹ ਜਮਾਤ ਵੀ ਚੰਗੀ ਹੈ, ਪਰ ਇਹਨੂੰ ਅੱਗੇ ਜਮਾਤ ਵੀ ਹੈ, ਕਿਹੜੀ? ਕਿ ਸੰਗਤ ਵਿੱਚ ਬਹਿ ਕੇ ਕੀਰਤਨ ਸੁਣਨਾ, ਕੰਨਾਂ ਨੂੰ ਕੀਰਤਨ ਤੇ ਲਾਣਾ, ਜਿਹਦੇ ਕੰਨਾਂ ਨੂੰ ਕੀਰਤਨ ਸੁਖਦਾਈ ਹੋ ਗਿਆ, ਸਮਝ ਲਵੇ ਮੇਰੀ ਇੱਕ ਜਮਾਤ ਹੋਰ ਅਗਾਂਹ, ਜਿਹਨੂੰ ਕੀਰਤਨ ਮਿੱਠਾ ਨਹੀਂ ਲੱਗਾ, ਜਿਹਦੇ ਕੰਨਾਂ ਨੂੰ ਕੀਰਤਨ ਨਹੀਂ ਮੋਇਆ, ਜਿਹਦੇ ਕੰਨਾਂ ਵਿੱਚ ਕੀਰਤਨ ਦੀ ਥੁਨ ਨਹੀਂ, ਸਾਧ ਸੰਗਤ ਉਹ ਵੀ ਕੋਈ ਕੰਨ ਹਨ। ਸਹਿਬ ਆਖਦੇ ਨੇ ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਗਾਲਿਆ, ਲੋੜ ਨਾ ਰਹੇ, ਆ ਦਰਵਾਜ਼ਾ ਇੱਥੇ ਹੈ, ਇਹਦੀ ਹੁਣ ਲੋੜ ਕੋਈ ਨਹੀਂ, ਫਿਰ ਕੀ ਕਰਦੇ ਹੋ, ਇਹਨੂੰ ਤਾਲਾ ਲਾ ਦਿਓ, ਇਹਨੂੰ ਬੰਦ ਕਰ ਦਿਓ, ਇੱਟਾਂ ਚੁਣਦੇ, ਜ਼ਰੂਰਤ ਹੀ ਨਹੀਂ। ਸਹਿਬ ਆਖਦੇ ਨੇ ਮੈਨੂੰ ਉਹਨਾਂ ਕੰਨਾਂ ਦੀ ਲੋੜ ਹੀ ਨਹੀਂ ਜਿਹਨਾਂ ਕੰਨਾਂ ਨੂੰ ਹਰ ਜਸ ਦੀ ਲੋੜ ਨਹੀਂ।
ਉਹ ਕੰਨ ਖੇ ਬੰਦ ਕਿਉਂ ਨਾ ਕੀਤੇ ਜਾਏ, ਉਹਨਾਂ ਕੰਨਾਂ ਨੂੰ ਮੁੰਦ ਕਿਉਂ ਨਾ ਦਿੱਤਾ ਜਾਏ। ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ। ਭਾਈ ਸਾਹਿਬ ਆਖਦੇ ਨੇ ਸਿੱਖ ਦੀ ਜਵਾਤ ਹੈ ਗੁਰੂ ਕੀ ਸ਼ਰਨ ਆਇਆ, ਨੈਣਾ ਨੂੰ ਸੁੱਖ ਮਿਲਿਆ ਸੂ, ਹੁਣ ਕੰਨਾਂ ਨਾਲ ਪਿਆ ਅੰਮ੍ਰਿਤ ਪੀਂਦਾ ਹੈ, ਕੰਨ ਕਟੋਰੇ ਬਣਾ ਕੇ ਪਿਆ ਗਟ ਗਟ ਪੀਂਦਾ ਹੈ ਕੀਰਤਨ ਦਾ ਰਸ। ਸਾਧ ਸੰਗਤ ਬੋਲੋ ਸ੍ਰੀ ਕੀਰਤਨ। ਇਹ ਕੀਰਤਨ ਜੁੜਨ ਵਾਸਤੇ ਸਾਹਿਬ ਨੇ ਦਰਗਾਹ ਬਖਸ਼ਿਸ਼ ਲਿਆਂਦੀ ਹੈ ਤੇ ਆਖਿਆ ਜੋਗ ਬਣਿਆ ਤੇਰਾ ਕੀਰਤਨ ਗਾਇਆ। ਕੀਰਤਨ ਗਾਉਂਦਿਆਂ ਜੋਗ ਬਣਦਾ, ਜੋਗ ਜੋਗ ਨਾਮੇ ਜੁੜਨ ਦਾ। ਆਖਿਆ ਜੇ ਤੇਰਾ ਟਾਂਕਾ ਨਹੀਂ ਨਾ ਜੇ ਲੱਗਿਆ ਤਾਂ ਕੀਰਤਨ ਵਿੱਚ ਆ ਜਾ, ਤੇਰਾ ਟਾਂਕਾ ਲੱਗ ਜਾਏਗਾ ਤੂੰ ਜੁੜ ਜਾਏਗਾ। ਜੋਗ ਬਣਿਆ ਤੇਰਾ ਕੀਰਤਨ ਗਾਈ, ਨਾਮ ਜਪੇਗਾ ਤੈਨੂੰ ਸੁੱਖ ਮਿਲਣਗੇ। ਪਰ ਇਹ ਸੁੱਖ ਤੈਨੂੰ ਵਿਛੋੜ ਵੀ ਸਕਦੇ ਹਨ, ਇਹ ਸੁੱਖ ਤੈਨੂੰ ਕੁਰਾਹੇ ਵੀ ਪਾ ਸਕਦੇ ਹਨ, ਇਹ ਸੁੱਖ ਤੇਰੀ ਦੇਹੀ ਨੂੰ ਰੋਗ ਵੀ ਲਾ ਸਕਦੇ ਹਨ। ਇਸ ਵਾਸਤੇ ਨਾਲ ਜੁੜਨ ਦਾ ਦਾਰੂ ਵੀ ਲੈ, ਉਹ ਕਿਹੜਾ? ਆਖਿਆ ਉਹ ਕੀਰਤਨ ਹੈ। ਰਾਜ ਲੀਲਾ ਤੇਰੇ ਨਾਮ ਬਣਾਏ, ਰਾਜ ਲੀਲਾ ਤੇਰੇ ਨਾਮ ਬਣਾਏ।